ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ। ਸਵਾਗਤ ਹੈ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ 'ਚ। ਮੈਂ ਡਾਕਟਰ ਗਰਮਿੰਦਰ ਸਿੰਘ ਬਰਾੜ। ਇਸ ਵੀਡੀਓ 'ਚ ਕਿਸਾਨ ਵੀਰੋ ਤੁਹਾਡੇ ਨਾਲ ਗੱਲ ਕਰਨੀ ਹੈ ਜਿਵੇਂ ਹੁਣ ਕਣਕ ਦੀ ਬਿਜਾਈ ਚੱਲ ਰਹੀ ਹੈ। ਕਿਸਾਨ ਵੀਰ ਜਿਹੜੇ ਹੈਗੇ ਆ ਜਿਹੜੇ ਮੁੱਖ ਤੌਰ ਤੇ ਤਤ ਚਾਹੀਦੇ ਨੇ ਜਿਨ੍ਹਾਂ ਦੇ ਵਿੱਚ ਨਾਈਟ੍ਰੋਜਨ ਆ, ਫਾਸਫੋਰਸ ਆ, ਪੋਟਾਸ਼ ਆ। ਜਾਂ ਜਿਵੇਂ ਸਿੰਗਲ ਸੁਪਰ ਫਾਸਫੇਟ ਮੈਂ ਪਿਛਲੀਆਂ ਵੀਡੀਓ ਚ ਰਕਮੈਂਡ ਕੀਤੀ ਸੀ ਇਹਨਾਂ ਦੇ ਵਿੱਚ ਸਲਫਰ ਆ ਜਾਂ ਕੈਲਸ਼ੀਅਮ ਆ ਉਹ ਜਿਹੜੀਆਂ ਮੇਨ ਖਾਦਾਂ ਮੁੱਖ ਤੱਤ ਜਿਹੜੇ ਨਾਈਟ੍ਰੋਜਨ ਫਾਸਫੋਰਸ ਪੋਟਾਸ਼ ਉਪਾਰੇ ਆ ਨਾਲ ਕਈ ਕਿਸਾਨ ਵੀਰਾਂ ਦੇ ਜਿਹੜੇ ਮੈਸੇਜਾਂ ਜਿਹੜੇ ਹੈਗੇ ਕੁਐਸਚਨ ਆ ਰਹੇ ਆ ਛੋਟੇ ਤੱਤਾਂ ਬਾਰੇ ਕਿ ਬਜਾਈ ਸਮੇ ਇਹ ਪਾਉਣੇ ਚਾਹੀਦੇ ਕਿ ਨਹੀਂ ਜਿਨ੍ਹਾਂ ਦੇ ਵਿੱਚ ਮੁੱਖ ਤੌਰ ਤੇ ਮੈਗਨੀਸ਼ੀਅਮ ਜਾਂ ਲੋਹਾ ਤੱਤ ਬਾਰੇ ਕਿਉਂਕਿ ਜਿਹੜਾ ਕੈਲਸ਼ੀਅਮ ਆ ਤੇ ਸਲਫਰ ਆ ਉਹ ਮੈਂ ਤੁਹਾਨੂੰ ਪਹਿਲਾਂ ਦੱਸਤਾ ਸੀ ਕਿ ਸਿੰਗਲ ਸਪੋਰ ਫਾਸਫੀਟ ਜਦੋਂ ਆਪਾਂ ਪਾਉਨੇ ਆ ਉਹ ਜਿਹੜਾ ਹੈਗਾ ਵਿੱਚ ਐਡ ਜ਼ਮੀਨ ਦੇ ਵਿੱਚ ਹੋ ਜਾਂਦਾ ਛੋਟੇ ਤੱਤ ਆ ਜਿਹੜੇ ਉਹ ਬਜਾਈ ਸਮੇ ਪਾਉਨੇ ਆ ਨਹੀਂ ਪਾਉਨੇ ਉਹਦੇ ਬਾਰੇ ਜਿਹੜੀ ਤੁਹਾਡੇ ਨਾਲ ਇਹ ਗੱਲਬਾਤ ਕਰਨੀ ਇਸ ਵੀਡੀਓ 'ਚ ਮੈਂ ਜਿਹੜੇ ਨਵੇਂ ਕਿਸਾਨ ਵੀਰ ਜੁੜੇ ਆ ਉਹਨਾਂ ਨੂੰ ਬੇਨਤੀ ਆ ਕਿ ਚੈਨਲ ਸਬਸਕ੍ਰਾਈਬ ਕਰ ਲਓ ਨਾਲ ਬੈਲ ਵਾਲਾ ਬਟਨ ਦੱਬ ਲਓ ਤਾਂ ਕਿ ਹਰ ਇੱਕ ਨਵੀਂ ਵੀਡੀਓ ਨਵੀਂ ਜਾਣਕਾਰੀ ਤੁਹਾਡੇ ਤਾਈ ਜਦੋਂ ਆਪਾਂ ਵੀਡੀਓ ਅਪਲੋਡ ਕਰੀਏ ਤੁਹਾਨੂੰ ਨੋਟੀਫਿਕੇਸ਼ਨ ਮਿਲ ਜਾਵੇ ਸੋ ਕਿਸਾਨ ਵੀਰੋ ਜੇ ਆਪਾਂ ਗੱਲ ਕਰਦੇ ਹਾਂ ਛੋਟੇ ਤੱਤਾਂ ਦੀ ਤਾਂ ਜਿਵੇਂ ਪਿੱਛੇ ਝੋਨੇ ਦੀ ਫਸਲ 'ਚ ਵੀ ਆਪਾਂ ਦੇਖਿਆ ਤੇ ਕਣਕ ਦੀ ਫਸਲ ਦੇ ਵਿੱਚ ਜਿਹੜੇ ਛੋਟੇ ਤੱਤਾਂ ਦੀ ਮੇਨ ਘਾਟ ਆਉਂਦੀ ਹੈ ਉਹਨਾਂ ਦੇ ਵਿੱਚ ਮੁੱਖ ਤੌਰ ਤੇ ਜਿਹੜੇ ਛੋਟੇ ਤੱਤਾਂ ਦੀ ਘਾਟ ਆ ਕਿਸਾਨ ਵੀਰੋ ਇਹ ਕਿਤੇ ਨਾ ਕਿਤੇ ਜਿਹੜੀ ਹੈਗੀ ਪੀ ਐਚ ਨਾਲ ਰਿਲੇਟਡ ਹੈ ਜਿਹੜੀ ਸੋਇਲ ਟਾਈਪ ਆ ਤੁਹਾਡੀ ਉਹਦੇ ਨਾਲ ਵੀ ਰਿਲੇਟਡ ਆ ਹੈਵੀ ਸੋਇਲ ਆ ਲਾਈਟ ਸੋਇਲ ਆ ਪੀ ਐਚ ਹਾਈ ਆ ਨਾਰਮਲ ਤੋਂ ਮਤਲਬ 7 ਤੋਂ ਬਾਅਦ ਜਾਂ ਥੱਲੇ ਆ ਤੋਂ ਉਹਦੇ ਵਿੱਚ ਕਿਹੜੇ ਕਿਹੜੇ ਤੱਤਾਂ ਦੀ ਘਾਟ ਆਉਂਦੀ ਹੈ ਆਪਣੇ ਜਿਹੜੇ ਆਮ ਤੌਰ ਤੇ ਕਿਸਾਨ ਵੀਰੋਂ ਪੰਜਾਬ ਦੇ ਵਿੱਚ ਜ਼ਮੀਨਾਂ ਨੇ ਇਹਨਾਂ ਦੀ ਪੀਐਚ ਜਿਹੜੀ ਉਹ ਅ ਤਕਰੀਬਨ 7 ਤੋਂ ਜ਼ਿਆਦਾ ਹੀ ਹੈ 8 ਦੇ ਆউন্ড ਵੋਟ ਆ ਪਲੱਸ ਮਾਈਨਸ ਹੋ ਜਾਂਦੀ ਹੈ 8 8.5 ਕਈਆਂ ਦੀ ਪੀਐਚ ਜ਼ਿਆਦਾ ਵੀ ਹੈ ਪਰ ਮੁੱਖ ਤੌਰ ਤੇ ਜਿਹੜੀਆਂ ਹੈਗੀਆਂ ਐਸਿਡਿਕ ਸੋਇਲ ਜਿਨ੍ਹਾਂ ਦੀ ਪੀਐਚ 6 ਤੋਂ ਘੱਟ ਹੋਵੇ ਉਹ ਬਹੁਤ ਜ਼ਿਆਦਾ ਘੱਟ ਮਿਲਦੀਆਂ ਆਪਣੇ ਐਸਿਡਿਕ ਸੋਇਲਸ ਉੱਥੇ ਹੁੰਦੀਆਂ ਨੇ ਜਿੱਥੇ ਪਹਾੜੀ ਏਰੀਆ ਹੋਵੇ ਜਾਂ ਜਿੱਥੇ ਬਰਸਾਤਾਂ ਜ਼ਿਆਦਾ ਹੁੰਦੀਆਂ ਹੋਣ ਜਾਂ ਜਿੱਥੇ ਜੜੀਆਂ ਕੋਰਸ ਸਟ੍ਰਕਚਰ ਸੋਇਲ ਜਿਵੇਂ ਸੈਂਡੀ ਸੋਇਲਸ ਆ ਉੱਥੇ ਜਿਹੜੀ ਹੈਗੀ ਲੀਚਿੰਗ ਹੋ ਜਾਵੇ ਉੱਥੇ ਜਿਹੜੇ ਇਹ ਛੋਟੇ ਤੱਤਾਂ ਦੀ ਘਾਟ ਜਿਹੜੀ ਬਹੁਤ ਜ਼ਿਆਦਾ ਦੇਖਣ ਨੂੰ ਮਿਲਦੀ ਆ ਜਾਂ ਜਿੱਥੇ ਕਿਸਾਨ ਵੀਰ ਜਿਹੜੇ ਹੈਗੇ ਆਰਗੈਨਿਕ ਮੈਟਰ ਮਤਲਬ ਕਿ ਰੂੜੀ ਜਾਂ ਫਸਲਾਂ ਦੀ ਰਹਿੰਦ-ਖੂੰਹਦ ਜਿਹੜੀ ਹੈ ਜਮੀਨ ਦੇ ਵਿੱਚ ਬਿਲਕੁਲ ਹੀ ਨਹੀਂ ਪਾਉਂਦੇ ਜਾਂ ਹਰੀਆਂ ਖਾਦਾਂ ਨਹੀਂ ਕਰਦੇ ਹੈਗੇ ਉੱਥੇ ਜਿਹੜੀ ਘਾਟ ਦੇਖਣ ਨੂੰ ਮਿਲਦੀ ਆ ਪਰ ਆਮ ਤੌਰ ਤੇ ਆਪਣੇ ਜਿਹੜੀ ਹੈ ਛੋਟੇ ਤੱਤਾਂ ਦੇ ਵਿੱਚ ਸਭ ਤੋਂ ਜ਼ਿਆਦਾ ਜਿਹੜੀ ਘਾੜ ਦੇਖਣ ਨੂੰ ਮਿਲਦੀ ਹੈਗੀ ਆ ਕਣਕ ਦੇ ਵਿੱਚ ਮੈਂ ਗੱਲ ਕਰ ਰਿਹਾ ਮੈਗਨੀਜ਼ ਦੀ ਜਾਂ ਜ਼ਿੰਕ ਦੀ ਇਸ ਤੋਂ ਇਲਾਵਾ ਜਿਹੜੀ ਹੈਗੀ ਹੈ ਜਿਹੜਾ ਸਲਫਰ ਆ ਉਹ ਵੀ ਜਿਹੜਾ ਹੈਗਾ ਸੈਕੰਡਰੀ ਮੈਕਰੋਨਿਊਟ੍ਰੀਐਂਟ ਦੇ ਵਿੱਚ ਆ ਜਾਂਦਾ ਹੈਗਾ ਸਲਫਰ ਜਾਂ ਕੈਲਸ਼ੀਅਮ ਮਤਲਬ ਇਹ ਜਿਹੜੇ ਮੇਨ ਤੱਤ ਨੇ ਹੈਗੇ ਜਿਨ੍ਹਾਂ ਦੇ ਵਿੱਚ ਮੈਗਨੀਜ਼ ਆ ਜ਼ਿੰਕ ਆ ਸਲਫਰ ਆ ਕੈਲਸ਼ੀਅਮ ਇਹਨਾਂ ਦੀ ਘਾੜ ਆਪਨੇ ਜ਼ਿਆਦਾ ਦੇਖਣ ਨੂੰ ਮਿਲਦੀ ਹੈਗੀ ਆ ਸੋ ਜਿਹੜੇ ਮੈਂ ਨਿਸ਼ਾਨੀਆਂ ਦਿਖਾਈਆਂ ਕਿਉਂਕਿ ਮੈਗਨੀਸ਼ੀਅਮ ਤੱਤ ਬਾਰੇ ਕਿਸਾਨ ਵੀਰ ਪੁੱਛ ਰਹੇ ਸੀ ਮੈਗਨੀਸ਼ੀਅਮ ਦੀ ਘਾਟ ਆਪਣੇ ਜਿਹੜੇ ਹੈਗੀਆਂ ਆਪਣੀਆਂ ਜ਼ਮੀਨਾਂ ਦੇ ਵਿੱਚ ਬਹੁਤੀ ਦੇਖਣ ਨੂੰ ਨਹੀਂ ਮਿਲਦੀ ਕਿਉਂਕਿ ਆਪਣੇ ਪੀਐਚ ਆ ਜਿਹੜੀ ਉਹ 7 ਤੋਂ ਜ਼ਿਆਦਾ ਜਿਹੜੀ ਮੈਗਨੀਸ਼ੀਅਮ ਦੀ ਘਾਟ ਸਭ ਤੋਂ ਜ਼ਿਆਦਾ ਉੱਥੇ ਆਉਂਦੀ ਹੈ ਜਿੱਥੇ ਪੀ ਐਚ ਘੱਟ ਹੋਵੇ ਮਤਲਬ 6 ਤੋਂ ਥੱਲੇ ਹੋਵੇ ਤੇ ਪਲੱਸ ਜਿਹੜੀ ਹੈਗੀ ਹਲਕੀ ਜ਼ਮੀਨ ਰੇਤਲੀ ਜ਼ਮੀਨ ਪੀ ਐਚ 6 ਤੋਂ ਘੱਟ ਹੈ 5.5 ਜਿੱਥੇ ਪੀ ਐਚ ਹੈ ਉੱਥੇ ਬਹੁਤ ਜ਼ਿਆਦਾ ਘਾਟ ਜਿਹੜੀ ਮੈਗਨੀਸ਼ੀਅਮ ਦੀ ਦੇਖਣ ਨੂੰ ਮਿਲਦੀ ਹੈ ਜਿੱਥੇ ਵੀ ਕਿਤੇ ਦੁਨੀਆਂ ਦੇ ਵਿੱਚ ਜਿੱਥੇ ਕਣਕ ਗਾਈ ਜਾਂਦੀ ਜਿੱਥੇ ਪੀ ਐਚ 6 ਤੋਂ ਘੱਟ ਹੈ ਉੱਥੇ ਮੈਗਨੀਸ਼ੀਅਮ ਜਿਹੜਾ ਫਰਟੀਲਾਈਜ਼ਰ ਅਪਲਾਈ ਕੀਤਾ ਜਾਂਦਾ ਪਰ ਆਪਣੇ ਬਹੁਤੀ ਘਾਟ ਨਹੀਂ ਆਉਂਦੀ ਆਪਣੇ ਮੈਗਨੀਜ਼ ਦੀ ਜਾਂ ਜ਼ਿੰਕ ਦੀ ਘਾਟ ਆਉਂਦੀ ਹੈਗੀ ਹੈ ਕਾਪਰ ਦੀ ਘਾਟ ਵੀ ਆ ਸਕਦੀ ਹੈ ਗੰਧਕ ਦੀ ਜਿੱਥੇ ਰੇਤ ਲੀਆਂ ਜਮੀਨਾਂ ਨੇ ਉਹਨਾਂ ਵਾਸਤੇ ਕਿਸਾਨ ਵੀਰੋ ਜਿਹੜਾ ਹੈਗਾ ਮੇਨ ਤੌਰ ਤੇ ਤੁਹਾਨੂੰ ਮੈਂ ਜਿਹੜੀ ਸਪਾਰਸ਼ ਕਰਨੀ ਚਾਹਣਾ ਜਿਹੜੀਆਂ ਨਿਸ਼ਾਨੀਆਂ ਦੇ ਵਿੱਚ ਕੀ ਹੈ ম্যাগਨੀਸ਼ੀਅਮ ਦੀ ਜਿੱਥੇ ਘਾਟ ਆਉਂਦੀ ਉੱਥੇ ਜਿਹੜੇ ਹੈਗੇ ਆ ਇਹ ਜਿਹੜਾ ਪਲਾਂਟ ਦੇ ਵਿੱਚ ਬੂਟਿਆਂ ਦੇ ਵਿੱਚ ਮੋਬਾਈਲ ਹੈ ਮਤਲਬ ਮੂਵੇਬਲ ਤੱਤ ਹੈਗਾ ਤੇ ਇਹਦੀ ਘਾਟ ਆ ਜਿਹੜੀ ਉਹ ਥੱਲੇ ਪੱਤਿਆਂ ਤੋਂ ਲੈ ਕੇ ਵਿਚਕਾਰਲੇ ਪੱਤਿਆਂ ਤੱਕ ਹੀ ਦੇਖਣ ਨੂੰ ਮਿਲਦੀ ਹੈ ਜਦੋਂ ਬੂਟੇ ਦੀ ਗਰੋਥ ਹੁੰਦੀ ਹੈ ਮਤਲਬ ਜਦੋਂ ਟਿੱਲਿੰਗ ਸਟੇਜ ਹੁੰਦੀ ਹੈ ਬੂਟਾ ਗਰੋਥ ਕਰ ਰਿਹਾ ਹੈ ਜਾੜ ਮਾਰ ਰਿਹਾ ਉਦੋਂ ਜਿਹੜੇ ਹੈਗੇ ਆ ਥੱਲੇ ਦੇ ਪੱਤਿਆਂ ਤੇ ਜਾਂ ਵਿਚਕਾਰਲੇ ਪੱਤਿਆਂ ਦੇ ਉੱਤੇ ਇੰਟਰਵਿਨਲ ਮਤਲਬ ਕਿ ਨਾੜੀਆਂ ਦੇ ਵਿਚਕਾਰ ਪੱਤਿਆਂ ਦੀਆਂ ਨਾੜੀਆਂ ਦੇ ਵਿਚਕਾਰ ਪਹਿਲਾਂ ਪੀਲਾਪਣ ਆਉਂਦਾ ਫਿਰ ਉਹ ਜਿਹੜੇ ਹੈਗੇ ਵਿਚਾਲੇ ਪੱਤੇ ਸੁੱਕ ਜਾਂਦੇ ਆ ਪਹਿਲਾਂ ਪੀਲਾਪਣ ਫਿਰ ਬਰਾਊਨ ਮਤਲਬ ਕਿ ਭੂਰੇ ਹੋ ਕੇ ਪੱਤੇ ਜਿਹੜੇ ਸੁੱਕ ਜਾਂਦੇ ਹੈਗੇ ਆ ਇਸ ਤਰ੍ਹਾਂ ਦੀਆਂ ਨਿਸ਼ਾਨੀਆਂ ਜੇ ਤੁਹਾਨੂੰ ਪਿਛਲੀ ਵਾਰ ਮਿਲੀਆਂ ਸੀ ਦੇਖਣ ਨੂੰ ਤਾਂ ਇਹ ਜਿਹੜੀ ਹੈਗੀ ম্যাগਨੀਸ਼ੀਅਮ ਦੀ ਘਾਟ ਹੋ ਸਕਦੀ ਹੈ ਤੇ ਮੈਗਨੀਜ਼ ਬਾਰੇ ਜਾਂ ਜਿੰਕ ਬਾਰੇ ਤੁਹਾਨੂੰ ਮੈਂ ਪਹਿਲਾਂ ਵੀ ਦੱਸਿਆ ਸੀਗਾ ਉਹ ਜਿਹੜੇ ਹੈਗੇ ਛੋਟੇ ਤੱਤ ਆ ਇਹਨਾਂ ਦੀ ਆਪਾਂ ਜਿਹੜੀਆਂ ਸਪਰੇਇਆਂ ਸਮੇਂ ਤੋਂ ਸਮੇਂ ਕਰਦੇ ਰਹਿਣਾ ਹੁਣ ਆਪਾਂ ਜਿਹੜੀ ਹੈਗੀ ਬਜਾਈ ਟਾਈਮ ਤੇ ਇਹਨਾਂ ਤੱਤਾਂ ਜੋ ਆਪਾਂ ਨੂੰ ਕੋਈ ਵੀ ਤੱਤ ਬਹੁਤਾ ਪਾਉਣ ਦੀ ਜ਼ਰੂਰਤ ਨਹੀਂ ਹੈਗੀ ਕਿਉਂਕਿ ਛੋਟੇ ਤੱਤਾਂ ਦੀ ਘਾਟ ਆ ਜਿਹੜੀ ਇਹਦੀ ਆਪਾਂ ਪੂਰਤੀ ਮੌਕੇ ਤੇ ਸਪਰੇ ਨਾਲ ਕਰ ਸਕਦੇ ਆ ਬਹੁਤ ਛੋਟੀ ਮਾਤਰਾ ਥੋੜੀ ਮਾਤਰਾ ਚਾਹੀਦੀ ਹੁੰਦੀ ਹੈ ਤੇ ਇਹ ਮੈਗਨੀਸ਼ੀਅਮ ਆ ਜਿਹੜਾ ਪਲੱਸ ਜਦੋਂ ਆਪਾਂ ਪਾਣੀ ਲਾਉਨੇ ਆ ਜਿਹੜਾ ਇਰੀਗੇਸ਼ਨ ਵਾਟਰ ਹੁੰਦਾ ਆਪਾਂ ਆਪਣਾ ਉਹਦੇ ਨਾਲ ਜਿੰਨਾ ਕਿ ਲੋੜੀਂਦਾ ਜਿਹੜਾ ਕਲੋਰੋਫਿਲ ਦੇ ਵਿੱਚ ਸੈਂਟਰਲ ਆਟਮ ਹੈ ਮੈਗਨੀਸ਼ੀਅਮ ਫੋਟੋਸਿੰਥੈਸਿਸ ਵਾਸਤੇ ਮਤਲਬ ਪ੍ਰਕਾਹ ਸੰਸਲੇਸ਼ਨ ਰਹੀਂ ਜਦੋਂ ਸੂਰਜ ਦੀ ਰੋਸ਼ਨੀ ਦੇ ਰਹੀਂ ਪੱਤੇ ਆ ਜਿਹੜੇ ਉਹ ਭੋਜਨ ਬਣਾਉਂਦੇ ਆ ਪੌਦੇ ਦੇ ਵਾਸਤੇ ਉਹਦੇ ਵਾਸਤੇ ਮੈਗਨੀਸ਼ੀਅਮ ਤੱਤ ਜਿਹੜਾ ਮੇਨ ਰੋਲ ਹੁੰਦਾ ਪਰ ਜਿਹੜਾ ਹੈਗਾ ਆਪਣੇ ਜ਼ਮੀਨਾਂ ਦੇ ਵਿੱਚ ਪੀ ਐਚ ਹਾਈ ਆ ਪਲੱਸ ਜਿਹੜਾ ਇਰੀਗੇਸ਼ਨ ਵਾਟਰ ਆਪ ਜਦੋਂ ਪਾਣੀ ਲਾਉਨੇ ਉਹਦੇ ਵਿੱਚ ਲੋੜੀਂਦਾ ਜਿੰਨਾ ਕਿ ਮੈਗਨੀਸ਼ੀਅਮ ਚਾਹੀਦਾ ਹੁੰਦਾ ਉਹ ਜਿਹੜਾ ਹੈਗਾ ਬੂਟਿਆਂ ਨੂੰ ਮਿਲ ਜਾਂਦਾ ਜਮੀਨਾਂ ਵੀ ਆਪਣੇ तकरीबन ਦਰਮਿਆਨੀਆਂ ਤੋਂ ਭਾਰੀਆਂ ਨੇ ਜਿੱਥੇ ਲਾਈਟ ਸੋਇਲਸ ਆ ਉਹਨਾਂ ਦੀ ਵੀ ਪੀਐਚ ਚਾਹੀਏ ਉੱਥੇ ਜਿਹੜੀ ਲੀਚਿੰਗ ਨਹੀਂ ਹੁੰਦੀ ਬਹੁਤੀ ਜ਼ਿਆਦਾ ਮੇਨ ਕਹਿੰਦਾ ਮਤਲਬ ਇਹ ਹੈ ਕਿ ਜਿਹੜੀਆਂ ਮੀ ਲੀਚਿੰਗ ਨਹੀਂ ਹੁੰਦੀ ਮਤਲਬ ਕਿ ਜਿਹੜਾ ਤੱਤਾ ਉਹ ਜ਼ਮੀਨ ਤੋਂ ਜਿਹੜਾ ਹੈ ਖਿਸਕਦਾ ਨਹੀਂ ਹੈਗਾ ਥੱਲੇ ਨੂੰ ਪਾਣੀ ਦੇ ਨਾਲ ਸੋ ਇਹਦੇ ਕਰਕੇ ਇਹਨਾਂ ਵਾਸਤੇ ਬਹੁਤਾ ਖਬਰੌਣ ਦੀ ਜ਼ਰੂਰਤ ਨਹੀਂ ਹੈਗੀ ਜਿਹੜੇ ਇਹ ਛੋਟੇ ਤੱਤ ਨੇ ਉਹ ਸਿੰਗਲ ਸੁਪਰ ਫਾਸਫੇਟ ਜਿਹੜਾ ਮੈਂ ਤੁਹਾਨੂੰ ਤਾਂ ਹੀ ਕਿਹਾ ਸੀ ਕਿ ਜਿਹੜਾ ਹੈਗਾ ਸਲਫਰ ਤੇ ਕੈਲਸ਼ੀਅਮ ਤੁਹਾਨੂੰ ਜਿਹੜਾ ਹੈਗਾ ਉਹ ਤੋਂ ਮਿਲ ਸਕਦਾ ਉਹ ਤੁਸੀਂ ਜਿਹੜਾ ਹੈਗਾ ਡੀਏਪੀ ਦੇ ਨਾਲ ਪਾ ਸਕਦੇ ਆ ਅੱਧਾ-ਅੱਧਾ ਪਾ ਸਕਦੇ ਹੋ ਜਾਂ ਜਿੱਥੇ ਤੁਸੀਂ ਹਰ ਸਾਲ ਡੀਏਪੀ ਪਾ ਰਹੇ ਹੋ ਉੱਥੇ ਇਕੱਲਾ ਤੁਸੀਂ ਸਿੰਗਲ ਸੁਪਰ ਫਾਸਫੇਟ ਹੀ ਵਰਤੋ ਉਹਦੇ ਨਾਲ ਤੁਹਾਨੂੰ ਜਿਹੜਾ ਹੈਗਾ ਇਹ ਤੱਤ ਵੀ ਮਿਲ ਜਾਣਗੇ ਮੈਗਨੀਜ਼ ਵਾਸਤੇ ਤੁਹਾਨੂੰ ਮੈਂ ਦੱਸਿਆ ਸੀ ਕਿ ਪਹਿਲੇ ਪਾਣੀ ਤੋਂ ਪਹਿਲਾਂ ਜਿਹੜੀ ਆਪਾਂ ਸਪਰੇਅ ਜਿਹੜੀ ਮੈਗਨੀਜ਼ ਸਲਫੇਟ ਦੀ ਇੱਕ ਜ਼ਰੂਰ ਕਰਨੀ ਹੈਗੀ ਆ ਉਦੋਂ ਬਾਅਦ ਆਪਾਂ ਪਹਿਲੇ ਪਾਣੀ ਤੋਂ ਬਾਅਦ ਇੱਕ ਦੋ ਸਪ੍ਰਿੰਗਾਂ ਹੋਰ ਕਰ ਸਕਦੇ ਜੇ ਆਪਾਂ ਨੂੰ ਜ਼ਰੂਰਤ ਪਵੇ ਤਾਂ ਉਹ ਉਹਦੀ ਜਿਹੜੀ ਹੈਗੀ ਘਾਟ ਉੱਪਰਲੇ ਪੱਤੇ ਪੀਲੇ ਹੁੰਦੇ ਆ ਸਲਫਰ ਨਾਲ ਵੀ ਉੱਪਰਲੇ ਪੱਤੇ ਪੀਲੇ ਹੁੰਦੇ ਪਰ ਉਹਦੇ ਵਿੱਚ ਜਿਹੜੀ ਹੈਗੀ ਆ ਪੱਤੇ ਦੀ ਨੋਕ ਆ ਹਰੀ ਰਹਿੰਦੀ ਹੈ ਸਲਫਰ ਦੀ ਘਾਟ ਵਾਸਤੇ ਆਪਾਂ ਸਿੰਗਲ ਸੁਪਰ ਫਾਸਫੇਟ ਜੇ ਪਾਉਨੇ ਆ ਤਾਂ ਸਲਫਰ ਦੀ ਆਪਾਂ ਨੂੰ ਪਾਉਣ ਦੀ ਜ਼ਰੂਰਤ ਨਹੀਂ ਨਾ ਉਦੋਂ ਬਾਅਦ ਚ ਉਹਦੀ ਘਾਟ ਆਵੇ ਜਿੱਥੇ ਰੇਤ ਵਾਲੀਆਂ ਜ਼ਮੀਨਾਂ ਉੱਥੇ ਤੁਸੀਂ ਸਿੰਗਲ ਸੁਪਰ ਫਾਸਫੇਟ ਦੀ ਵਰਤੋਂ ਕਰੋ ਉਹਦੇ ਨਾਲ ਜਿਹੜੀ ਹੈਗੀ ਆ ਆਪਾਂ ਨੂੰ ਸਲਫਰ ਤਾਤ ਦੀ ਘਾਟ ਨਹੀਂ ਦੇਖਣ ਨੂੰ ਮਿਲੇਗੀ ਇਦੋਂ ਨਵਾ ਜਿੰਕ ਦੀ ਘਾਟ ਹੈ ਉਹ ਵੀ ਆਪਾਂ ਜਿਹੜਾ ਹੈਗਾ ਪਹਿਲੇ ਪਾਣੀ ਤੋਂ ਬਾਅਦ ਇੱਕ ਦੋ ਸਪ੍ਰੀਆਂ ਜੋ ਜਾੜ ਮਾਰ ਦਾ ਬੂਟਾ ਉਦੋਂ ਆਪਾਂ ਜਿੰਕ ਦੀ ਸਪਰੇ ਕਰ ਸਕਦੇ ਆ ਜੇ ਕਿਤੇ ਲੋਹਾ ਤੱਤ ਦੀ ਵੈਹੇ ਘਾੜ ਦੇਖਣ ਨੂੰ ਬਿਲਕੁਲ ਨਹੀਂ ਮਿਲਦੀ ਜੇ ਮਿਲਦੀ ਹੈ ਤਾਂ ਆਪਾਂ ਉਹਦੀ ਵੀ ਸਪਰੇ ਕਰ ਸਕਦੇ ਆ ਜੇ ਮੈਗਨੀਸ਼ੀਅਮ ਦੀ ਘਾਟ ਵੀ ਆਪਾਂ ਨੂੰ ਦੇਖਣ ਨੂੰ ਮਿਲਦੀ ਹੈ ਜਿਵੇਂ ਤੁਹਾਨੂੰ ਮੈਂ ਪੱਤੇ ਨਿਸ਼ਾਨੀਆਂ ਦਿਖਾਈਆਂ ਨੇ ਜੇ ਇਹ ਘਾਟ ਆਪਾਂ ਨੂੰ ਦੇਖਣ ਨੂੰ ਮਿਲਦੀ ਤਾਂ ਮੌਕੇ ਤੇ ਆਪਾਂ ਸਪਰੇ ਜਿਹੜੀ ਹੈਗੀ ਮੈਗਨੀਸ਼ੀਅਮ ਸਲਫੇਟ ਦੀ ਕਰ ਸਕਦੇ ਆ ਜੇ ਕਿਤੇ ਸਪੀਅਰ ਡੈਫੀਸ਼ੈਂਸੀ ਆਈ ਸੀ ਉੱਥੇ ਤੁਸੀਂ ਜਿਹੜਾ ਹੈਗਾ ਬਜਾਈ ਦੇ ਸਮੇਂ ਜ ਪਰ ਮੇਰਾ ਖਿਆਲ ਨਹੀਂਗਾ ਕਿਉਂਕਿ ਪਿਛਲੇ ਸਾਲਾਂ ਦੇ ਵਿੱਚ ਕਿਤੇ ਘਾੜ ਕੋਈ ਦੇਖਣ ਨੂੰ ਬਹੁਤੀ ਮਿਲੀ ਨਹੀਂ ਹੈਗੀ ਤੇ ਨਾ ਕੋਈ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਇਹਦੀ ਜੇ ਕੋਈ ਸਿਫਾਰਸ਼ ਕੀਤੀ ਗਈ ਹੈ ਮੈਗਨੀਸ਼ੀਅਮ ਸਲਫੇਟ ਦੀ ਜਿਹੜੇ ਦੂਜੇ ਛੋਟੇ ਦਾਤਾਂ ਉਹਨਾਂ ਦੀਆਂ ਜਿਹੜੀਆਂ ਸਿਫਾਰਸ਼ਾਂ ਦੇ ਅਨੁਸਾਰ ਆਪਾਂ ਸਪਰੀਆਂ ਜਿਹੜੀਆਂ ਹੈਗਾ ਅੱਗੇ ਤੁਹਾਨੂੰ ਨਾਲ ਦੀ ਨਾਲ ਮੈਂ ਜਿਹੜੀ ਵੀਡੀਓ ਦੇ ਵਿੱਚ ਦੱਸਦਾ ਰਹੂੰਗਾ ਜਿੱਥੇ-ਜਿੱਥੇ ਘਾੜ ਆਉਂਦੀ ਹੈ ਹਾਂ ਇੱਕ ਹੋਰ ਹੈ ਕਿ ਜਿਹੜਾ ਜਿੱਥੇ ਕਿਤੇ ਆਪਾਂ ਕਿਸਾਨ ਵੀਰ ਹੈ ਜਿਹੜੇ ਉਹ ਜ਼ਿਆਦਾ ਨਿਊਟ੍ਰੀਸ਼ਨ ਜਿੰਨਾ ਫਸਲਾਂ ਨੂੰ ਚਾਹੀਦਾ ਹੈਗਾ ਕਣਕ ਝੋਨੇ ਤੋਂ ਇਲਾਵਾ ਜਿਵੇਂ ਮੱਕੀ ਤੇ ਆਲੂ ਜਿੱਥੇ ਹੁੰਦੇ ਆ ਮੱਕੀ ਤੇ ਆਲੂ ਮਤਲਬ ਆਲੂਆਂ ਤੋਂ ਬਾਅਦ ਜਿਹੜੀ ਮੱਕੀ ਕਿਸਾਨ ਵੀਰ ਲਾਉਂਦੇ ਹੈਗੇ ਆ ਹੁਣ ਜਿਵੇਂ ਆਲੂ ਲਾਉਣਗੇ ਉਸ ਤੋਂ ਬਾਅਦ ਜਿਹੜੇ ਹੈਗੇ ਸੋਨੀ ਦੀ ਨਸੋਨੀ ਦੀ ਫਸਲ ਦੇ ਵਿੱਚ ਜਿਹੜੇ ਹੈਗੇ ਮੱਕੀ ਦੀ ਫਸਲ ਲਾਉਣਗੇ ਉੱਥੋਂ ਉੱਥੇ ਜਿਹੜੇ ਮੈਗਨੀਸ਼ੀਅਮ ਦੀ ਕਾਰਡ ਦੇਖਣ ਨੂੰ ਮਿਲਦੀ ਉੱਥੇ ਆਪਾਂ ਜਿਹੜੇ ਹੈਗੇ ਉਹਨਾਂ ਮਿੱਟੀਆਂ ਦੇ ਵਿੱਚ ਜੇ ਕਾਰਡ ਦੇਖਣ ਨੂੰ ਮਿਲੀ ਆ ਨਿਸ਼ਾਨੀਆਂ ਸੇਮ ਹੀ ਨੇ ਉੱਥੇ ਆਪਾਂ ਮੈਗਨੀਸ਼ੀਅਮ ਪਾ ਸਕਦੇ ਵੈਸੇ ਆਪਾਂ ਨੂੰ ਘਰਾਉਣ ਦੀ ਜ਼ਰੂਰਤ ਨਹੀਂ ਤੁਸੀਂ ਨਾਈਟ੍ਰੋਜਨ ਫਾਸਫੋਰਸ ਪੋਟਾਸ਼ ਤਾਤਾ ਜਿਹੜੇ ਉਹ ਫਸਲ ਦੇ ਪੂਰੇ ਕਰੋ ਬਜਾਈ ਕਰੋ ਜਦੋਂ ਫਸਲ ਉਗਦੀ ਆ ਤਾਂ ਉਸ ਤੋਂ ਬਾਅਦ ਆਪਾਂ 25 ਤੋਂ 30 ਦਿਨ ਤੇ ਜਿਹੜੇ ਹੈਗੇ ਮਾਈਕਰੋ ਨਿਊਟ੍ਰੀਐਂਟ ਦੀ ਜ ਪਹਿਲੇ ਪਾਣੀ ਤੋਂ ਪਹਿਲਾਂ ਜਾਂ ਬਾਅਦ ਚ ਉਦੋਂ ਆਪਾਂ ਮੌਕੇ ਅਨੁਸਾਰ ਜਿਹੜੀਆਂ ਸਪ੍ਰੇਆਂ ਕਰ ਸਕਦੇ ਹਾਂ ਹੋਰ ਕੋਈ ਤੁਹਾਡਾ ਸਵਾਲ ਹੋਵੇ ਸਜਾ ਹੋਵੇ ਜਰੂਰ ਦੱਸਿਓ ਵੀਡੀਓ ਬਹੁਤ-ਬਹੁਤ ਸ਼ੇਅਰ ਕਰ ਦਿਓ ਤਾਂ ਕਿ ਹੋਰ ਕਿਸਾਨ ਵੀਰਾਂ ਨੂੰ ਜਾਣਕਾਰੀ ਜਰੂਰ ਮਿਲ ਜੇ ਤੁਹਾਡਾ ਬਹੁਤ-ਬਹੁਤ ਧੰਨਵਾਦ